भारत बंद का समर्थन करते हुए फगवाड़ा शहर पूर्ण तौर पर बंद रहा। इस दौरान कई समाज सेवी संस्थावां ने शहर वासियों के नाल मिल के शुगर मिल चौंक के धरना लगाया। इस धरने के सर्वशक्ति सेना के मैंबर ने रैली के रूप में आकर शमूलियत की। लगभग सारे ही आगुआं का यही कहना है कि मोदी सरकार को जल्दी तो जल्दी ये काले कानून वापस लेने चाहिए हैं और वह हमेशा ही किसानों के नाल खड़े हैं। फगवाड़ा तो अजय कोचर और गुरमीत सिंह टिंकू की रिपोर्ट। असी सारे सत्कारयोग साथी लोकन साहब पार्टी के अज जो किसान ने जिहड़ा अंदोलन उलीकिया किसान जथेबंदियां ने अज जिहड़ा किसान विरोधी कानून बने आ उन्हां दे विरोध विच अज भारत बंद की कॉल सी और असी सारे जिम्मेवार साथी जिहड़े हैगे आ वो अज इस जथेबंदियां दे बंद दे विच पूर्ण समर्थन देने वास्ते आए हैं। और पहला भी असी जिहड़ा हैगा क्योंकि ये कानून जिहड़ा हैगा जदों ऑर्डिनेंस हैगा असी जून महीने जिहड़ा लोगों को अवेयर किया 22 जून तो लैके 26 जून तक असी 5 दिन जिहड़ा साइकिल मार्च कढ़िया दरबार साहब तो लैके चंडीगढ़ तक लोगों को अवेयर किया भी जिहड़ा ऑर्डिनेंस है जे कानून बन गया तो पंजाब के लोग जिहड़े हैगे आ वो बर्बाद हो जाएंगे, पंजाब के लोगों लिए डैथ वारंट है। और उस वेले लोगों ने हजे नहीं सी उन्नी गल समझी, अज इस गल की सानू खुशी आ कि वो जो 5 दिन का साडा साइकिल मार्च से वो अज जन जन तक गल पहुँच गई है। अज एक बड़ा अंदोलन है और असी किसान जथेबंदियों के उस अंदोलन की पूर्ण तौर पर समर्थन करते हैं। आने वाले टाइम के जो भी किसान जथेबंदियां जिहड़ियां प्रोग्राम लिखणियां उहदे विच लोक इंसाफ पार्टी जिहड़ी है वो पूर्ण तौर पर समर्थन करे। पंजाब के जो काले कानून बनाए गए आ सर्वशक्ति सेना का डट के विरोध करती आ, जो अज किसानों वालों भारत बंद की कॉल दी गई सी ਉਹਦੇ ਵਿੱਚ ਸਾਡੇ ਤਮਾਮ ਸਾਥੀਆਂ ਨੇ ਇਹਨਾਂ ਦਾ ਸਮਰਥਨ ਕੀਤਾ ਆ। ਔਰ ਸਾਡੇ ਕਿਸਾਨ ਜਿਹੜੇ ਅੱਜ ਕਈ ਦਿਨਾਂ ਤੋਂ ਕਈ ਭੁੱਖੇ ਵੀ ਰਹਿ ਗਏ ਵਿਚਾਰੇ ਦਿੱਲੀ ਦੇ ਵਿੱਚ ਇਹਨਾਂ ਦਾ ਵਿਰੋਧ ਕਰ ਰਹੇ ਆ। ਜੇ ਤੁਸੀਂ ਦਿੱਲੀ ਜਾਓਗੇ ਜੇ ਲੋੜ ਪਈ, ਜੇ ਸਾਨੂੰ ਲੋੜ ਪੈਂਦੀ ਆ ਜੇ ਉਹ ਰਾਤ ਨੂੰ ਬੈਠੇ ਅਸੀਂ ਉਹਨਾਂ ਦੇ ਨਾਲ ਜਾ ਕੇ ਬੈਠਾਂਗੇ ਅਤੇ ਇਹਨਾਂ ਦੇ ਹੱਕ ਇਹਨਾਂ ਨੂੰ ਦਵਾ ਕੇ ਰਵਾਂਗੇ। ਜੇ ਨਾ ਮਸਲਾ ਹੱਲ ਹੋਇਆ ਤਾਂ ਇਹਨਾਂ ਦਾ ਕਿਸਾਨਾਂ ਦਾ, ਜੇ ਨਾ ਇਹਨਾਂ ਦਾ ਮਸਲਾ ਹੱਲ ਹੁੰਦਾ ਤਾਂ ਅਸੀਂ ਸੰਘਰਸ਼ ਆਪਣਾ ਜਾਰੀ ਰੱਖਾਂਗੇ ਔਰ ਜਿੱਥੇ ਇਹਨਾਂ ਨੂੰ ਸਾਡੀ ਲੋੜ ਪਊਗੀ ਸਾਡੇ ਤਮਾਮ ਸਾਥੀ ਇਹਨਾਂ ਦੇ ਨਾਲ ਅਸੀਂ ਨਾਲ ਖੜਾਂਗੇ। ਕੀ ਕਹਿਣਾ ਹੈ ਤੁਹਾਡਾ ਇਸ ਤਰ੍ਹਾਂ ਕੇਂਦਰ ਸਰਕਾਰ ਨੂੰ ਇਹਦਾ ਹੱਲ ਕਰਨਾ ਚਾਹੀਦਾ ਕਿਸਾਨਾਂ ਦੀ ਤਾਂ ਕਿ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਹੀ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਵੀ ਆਪਣੀ ਆਵਾਜ਼ ਜਿਹੜੀ ਆ ਇਸ ਮੂੰਗੀ ਵਾਰੀ ਸਰਕਾਰ ਤੱਕ ਪਹੁੰਚਾਉਣ ਲਈ ਮੌਕਾ ਦਿੱਤਾ, ਵਿਸ਼ੇਸ਼ ਤੌਰ 'ਤੇ ਧੰਨਵਾਦ ਤੁਹਾਡਾ। ਮੈਂ ਤੁਹਾਡੇ ਮਾਧਿਅਮ ਨਾਲ ਇਹ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਇਹ ਸਰਕਾਰ ਸੋਚਦੀ ਹੈ ਵੀ ਇਕੱਲਾ ਕਿਸਾਨਾਂ ਦਾ ਸੰਘਰਸ਼ ਹੈ, ਇਹ ਇਕੱਲਾ ਕਿਸਾਨਾਂ ਦਾ ਸੰਘਰਸ਼ ਨਹੀਂ ਹੈ, ਇਹ ਪੂਰੇ ਪੰਜਾਬ ਪੰਜਾਬੀਅਤ ਔਰ ਬਲਕਿ ਪੂਰੇ ਦੇਸ਼ ਔਰ ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ 45,000 ਪਰਿਵਾਰ ਜਿਹੜੇ ਆ ਪੰਜਾਬ ਦੇ ਵਿੱਚ ਦੇ ਲਈ ਜਿਹੜੇ ਕੰਮ ਕਰਦੇ ਆੜ੍ਹ ਦਾ, ਅਸੀਂ ਸਾਰੇ ਸਾਰੇ ਇਹਨਾਂ ਦੇ ਨਾਲ ਹੈ। ਔਰ ਅਸੀਂ ਆਪਣੀ ਜਥੇਬੰਦੀ ਨੇ ਪਲੈਨ ਕੀਤੀ ਆ ਵੀ ਹਰ ਰੋਜ਼ 4-4 ਡਿਸਟ੍ਰਿਕਟਾਂ ਦੇ ਸਾਰੇ ਆੜ੍ਹਤੀਏ ਮਨੀ ਭਾਈਚਾਰਾ ਮਜ਼ਦੂਰ ਨੂੰ ਲੈਵਲ ਨੂੰ ਲੈ ਕੇ ਅਸੀਂ 4-4 ਡਿਸਟ੍ਰਿਕਟ ਸ਼ੰਭੂ ਬੈਡਰ ਦੇ ਉੱਪਰ 9 ਵਜੇ ਪਹੁੰਚਿਆ ਕਰਾਂਗੇ ਔਰ ਉੱਥੋਂ 9 ਵਜੇ ਸਾਰੇ ਇਕੱਠੇ ਹੋ ਕੇ 4-4 ਡਿਸਟ੍ਰਿਕਟ ਦੇ ਜਿਹੜੇ ਆੜ੍ਹਤੀਏ ਆ ਉਹ ਕਿਸਾਨਾਂ ਦੀ ਜਿਹੜੀ ਐਜੀਟੇਸ਼ਨ ਆ ਉਹ ਸ਼ਮੂਲੀਅਤ ਕਰਿਆ ਕਰਾਂਗੇ। ਇਸ ਸੰਘਰਸ਼ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਜਾਂ ਸਟੇਟ ਗੌਰਮੈਂਟ ਜਿੱਥੇ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਹੈ ਉਹਨਾਂ ਦੇ ਮੰਤਰੀ ਜਾਂ ਉਹਨਾਂ ਦੇ ਕੁਝ ਐਂਟੀ ਲੋਕ ਉਹ ਕਹਿ ਰਹੇ ਨੇ ਕਿ ਇਹ ਅੰਦੋਲਨ ਕਿਸਾਨਾਂ ਦਾ ਨਹੀਂ ਲੈ ਗਿਆ, ਇਹ ਪੋਲੀਟੀਕਲ ਹੋ ਗਿਆ, ਕਿ ਇਹ ਸੱਚਾਈ ਹੈ ਕਿ ਇਹ ਪੋਲੀਟਿਕਸ ਦਾ ਰੂਪ ਲੈ ਗਿਆ। ਇਹ ਤਾਂ ਸ਼ਰਮਾ ਜੀ ਮੈਂ ਤੁਹਾਡੇ ਮਾਧੋ ਤੋਂ ਫਿਰ ਇਹਨਾਂ ਨੂੰ ਦੁਬਾਰਾ ਪੁੱਛਣਾ ਚਾਹੁੰਦਾ ਤੁਹਾਡੇ ਮੈਂ ਕੀ ਉਹਨਾਂ ਨੂੰ ਕੁਛ ਬੈਠੀਏ ਕਹਾਂ ਜਾਂ ਮੈਂ ਤੁਹਾਡੇ ਵਰਕਰ ਕਹਾਂ ਜਾਂ ਤੁਹਾਡੇ ਮੈਂ ਲੀਡਰ ਕਹਾਂ ਜਿਹੜੇ ਉੱਥੇ ਬਾਰਡਰਾਂ ਦੇ ਉੱਪਰ ਤੁਹਾਡੇ ਬੀਜੇਪੀ ਦੇ ਲੀਡਰ ਸਾਹਿਬਾਨ ਜਾ ਕੇ ਇਸ ਕਿਸਾਨ ਰੋਜ਼ ਮੁਜ਼ਾਹਰਿਆਂ ਦੇ ਵਿੱਚ ਬੈਠਦੇ ਆ, ਕੀ ਉਹ ਕਿਸਾਨੀ ਨਾਲ ਹਮਦਰਦੀ ਜ਼ਾਹਰ ਕਰਨ ਜਾਂਦੇ ਆ ਜਾਂ ਉੱਥੋਂ ਖੁਫੀਆ ਤੰਤਰ ਬਣ ਕੇ ਉੱਥੇ ਦੀ CID ਲੈਣੀ ਚਾਹੁੰਦੇ ਆ? ਇਹ ਆਪਣੇ ਲੀਡਰ ਸਾਹਿਬਾਨਾਂ ਨੂੰ ਪੁੱਛ ਲੈਣ। ਮੀਡੀਆ ਰਾਹੀਂ ਸਾਰਾ ਬੜਾ ਸੁੱਚੇ ਸੁੱਚੇ ਤਰੀਕੇ ਦੇ ਨਾਲ ਮੀਡੀਆ ਰਾਹੀਂ ਪ੍ਰਕਾਸ਼ਿਤ ਕੀਤਾ ਜਾ ਰਿਹਾ, ਉੱਥੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਜਿਹੜੇ ਲੋਕ ਹੈ ਸਾਰੇ ਧਰਮਾਂ ਦੇ ਜਿਹੜੇ ਲੋਕ ਹੈ ਕਿਸਾਨ ਯੂਨੀਅਨ ਦੇ ਇਸ ਵਿਰੋਧ ਦੇ ਨਾਲ ਆ, ਕਿਉਂਕਿ ਇਹ ਵਿਰੋਧ ਬੜਾ ਸੱਚਾ ਅਤੇ ਸੁੱਚਾ ਆ, ਇਸ ਕਰਕੇ ਅਸੀਂ ਸਾਰੇ ਇਹਨਾਂ ਦੇ ਨਾਲ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ।
ताकि तुहानू हर खबर मिल सके सब तो पहला।